this South Asian Media Group, Y Media. ਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਵਿੱਚ ਅਹਿਮ ਡਿਵੈਲਪਮੈਂਟ ਜਿਹੜੀ ਆ ਉਹ ਸਾਹਮਣੇ ਆਈ ਹੈਗੀ ਆ। ਅਸੀਂ ਜਿਹੜੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ, ਇਹ ਬਲੂਮਬਰਗ ਦੇ ਹਵਾਲੇ ਦੇ ਨਾਲ ਤੁਹਾਡੇ ਲਈ ਸਾਂਝੀ ਕਰ ਰਹੇ ਹਾਂ। ਇੰਟਰਨੈਸ਼ਨਲ ਮੀਡੀਆ ਬਲੂਮਬਰਗ ਜਿਹੜਾ ਹੈਗਾ ਉਹਨੇ ਇੱਕ ਖਬਰ ਛਾਪੀ ਹੈ, ਉਹਦੇ ਹਵਾਲੇ ਦੇ ਨਾਲ ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹੈਗੇ ਹਾਂ ਕਿ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਜਿਹੜੀ ਸੀਗੀ ਉਹਦੇ ਬਾਰੇ ਅਮਰੀਕਾ ਦੀ ਇੱਕ ਅਦਾਲਤ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਦਾ ਇੱਕ ਸੀਨੀਅਰ ਆਫੀਸ਼ੀਅਲ ਇਹਦੇ ਵਿੱਚ ਇਨਵੋਲਵ ਸੀਗਾ। ਹੁਣ ਜੇ ਅਸੀਂ ਬਲੂਮਬਰਗ ਦੀ ਖਬਰ ਦੇ ਮੁਤਾਬਿਕ ਮੰਨੀਏ ਤੇ ਬਲੂਮਬਰਗ ਦਾ ਕਹਿਣਾ ਹੈਗਾ ਕਿ ਇੰਡੀਆ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਵਿੱਚ ਉਹ ਕੰਪਲੀਟ ਹੋ ਚੁੱਕੀ ਹੈ। ਇਹਦੇ ਵਿੱਚ ਇਹ ਖਬਰ ਇਹ ਛਾਪੀ ਗਈ ਹੈਗੀ ਹੈ ਕਿ ਜਿਹੜਾ ਗੁਰਪਤਵੰਤ ਸਿੰਘ ਪੰਨੂ ਹੈਗਾ ਉਹਨਾਂ ਦੇ ਕਤਲ ਦੀ ਜਿਹੜੀ ਸਾਜ਼ਿਸ਼ ਸੀਗੀ ਉਹਦੇ ਵਿੱਚ ਇੰਡੀਆ ਨੇ ਜਿਹੜੀ ਆਪਣੀ ਇਨਵੈਸਟੀਗੇਸ਼ਨ ਕੰਕਲੂਡ ਕੀਤੀ ਹੈ, ਖਤਮ ਕੀਤੀ ਹੈ, ਉਹਦੇ ਵਿੱਚ ਇੰਡੀਆ ਦਾ ਕਹਿਣਾ ਹੈ ਕਿ ਬਿਲਕੁਲ ਇੱਕ ਇੰਡੀਆ ਦਾ ਇੱਕ ਬੰਦਾ ਜਿਹੜਾ ਉਹ ਇਨਵੋਲਵ ਸੀਗਾ ਲੇਕਿਨ ਉਹਦਾ ਸਰਕਾਰ ਦੇ ਨਾਲ ਕੋਈ ਸੰਬੰਧ ਨਹੀਂ ਹੈ। ਦੈਟ ਏਜੰਟ ਹੈਡ ਗੋਨ ਰੋਗ, ਮਤਲਬ ਕਿ ਉਹ ਹੁਣ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਲਈ ਵੀ ਕੰਮ ਨਹੀਂ ਕਰਦਾ, ਇੰਡੀਆ ਦੀ ਗੌਰਮੈਂਟ ਨੇ ਉਹਨੂੰ ਉਹਦੇ ਨਾਲ ਕੋਈ ਆਪਣੀ ਮਰਜ਼ੀ ਦੇ ਨਾਲ ਹੀ ਮਤਲਬ ਉਹਨਾਂ ਨੇ ਸਾਰਾ ਕੁਛ ਕੀਤਾ ਹੈ, ਐਸਾ ਉਹਨਾਂ ਦਾ ਕਹਿਣਾ ਹੈਗਾ। ਸੋ ਇੰਡੀਆ ਨੇ ਇੰਡੀਆ ਦੀ ਜਿਹੜੀ ਆਫੀਸ਼ੀਅਲ ਕੋਈ ਸਟੇਟਮੈਂਟ ਇਹਦੇ 'ਤੇ ਨਹੀਂ ਆਈ ਆ, ਨਾ ਤਾਂ ਇੰਡੀਆ ਦੀ ਕੋਈ ਜਿਹੜੇ ਅੰਬੈਸਡਰ ਹੈ ਉਹਨਾਂ ਨੇ, ਨਾ ਇੰਡੀਆ ਦੀ ਕੋਈ ਅੰਬੈਸੀ ਜਾਂ ਕੌਂਸਲੇਟ ਆਫਿਸ ਨੇ ਕੋਈ ਸਟੇਟਮੈਂਟ ਦਿੱਤੀ ਹੈ, ਨਾ ਇਸ ਮਾਮਲੇ 'ਤੇ ਅੱਜੋਂ ਜਦੋਂ ਅਸੀਂ ਖਬਰ ਦੇ ਰਹੇ ਹਾਂ ਇਸ ਵੇਲੇ ਤੱਕ ਇੰਡੀਆ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਵੱਲੋਂ ਵੀ ਕੋਈ ਅਜੇ ਆਫੀਸ਼ੀਅਲ ਸਟੇਟਮੈਂਟ ਜਾਰੀ ਨਹੀਂ ਕੀਤੀ ਗਈ। ਲੇਕਿਨ ਮੀਡੀਆ 'ਚ ਇਹ ਖਬਰ ਛਪੀ ਹੈ। ਯਾਦ ਰਹੇ ਕਿ ਅਮਰੀਕਾ ਦੇ ਜਿਹੜੇ ਪ੍ਰੋਸੀਕਿਊਟਰ ਸੀਗੇ ਉਹਨਾਂ ਨੇ ਇੱਕ ਇੰਡੀਅਨ ਆਫੀਸ਼ੀਅਲ ਦਾ ਨਾਮ ਲਿਆ ਸੀਗਾ CC1, ਲੇਕਿਨ ਉਹਦੀ ਆਈਡੈਂਟੀਟੀ ਜਿਹੜੀ ਹੈਗੀ ਉਹ ਅਮਰੀਕਾ ਨੂੰ ਤਾਂ ਪਤਾ ਹੈ ਕਿ ਕੌਣ ਹੈਗਾ, ਲੇਕਿਨ ਉਹਦੀ ਆਈਡੈਂਟੀਟੀ ਅਮਰੀਕਾ ਨੇ ਉਸ ਵੇਲੇ ਇੱਕ ਸੀਲ ਉਹਦੇ ਲਿਫਾਫੇ 'ਚ ਜਾਰੀ ਕੀਤੀ ਸੀ, ਪਰ ਆਮ ਪਬਲਿਕ ਉਹਨਾਂ ਦੀ ਜਾਣਕਾਰੀ ਨਹੀਂ ਹੈ। ਹੁਣ ਇਹ ਵੀ ਕਿਹਾ ਗਿਆ ਸੀਗਾ ਕਿ ਉਹ ਜਿਹੜਾ CC1 ਹੈ ਉਹ ਇੱਕ ਸੀਨੀਅਰ ਫੀਲਡ ਆਫੀਸਰ ਹੈ, ਉਹਨਾਂ ਦੀ ਜਿਹੜੀ ਰਿਸਪੋਂਸੀਬਿਲਟੀ ਆ ਅਮਰੀਕਾ ਦੇ ਵਿੱਚ ਜਿਹੜੇ ਕੋਰਟ ਦੇ ਵਿੱਚ ਡਾਕੂਮੈਂਟ ਦਾਖਲ ਕੀਤੇ ਗਏ ਸੀ ਉਹਦੇ ਵਿੱਚ ਉਹਨਾਂ ਨੇ ਸਿਕਿਉਰਿਟੀ ਮੈਨੇਜਮੈਂਟ ਉਹਦੀ ਜ਼ਿੰਮੇਵਾਰੀ ਹੈ, ਇੰਟੈਲੀਜੈਂਸ ਉਹਦੀ ਜ਼ਿੰਮੇਵਾਰੀ ਹੈ। ਸੋ ਅੱਜ ਦੀ ਡੇਟ 'ਚ ਕਿਹਾ ਜਾ ਰਿਹਾ ਕਿ ਉਸ ਬੰਦੇ ਦਾ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰੋ ਦੇ ਨਾਲ ਹੁਣ ਕੋਈ ਲੈਣ ਦੇਣ ਨਹੀਂ ਹੈ, ਉਹਦੇ ਲਈ ਉਹ ਕੰਮ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਲਈ ਨਹੀਂ ਕਰਦੇ। ਸੋ ਇੰਡੀਆ ਨੇ ਜੋ ਇਨਵੈਸਟੀਗੇਸ਼ਨ ਮੁਕੰਮਲ ਕਰ ਲਈ ਹੈ ਉਹਦੇ ਵਿੱਚ ਉਹ ਕਹਿ ਰਹੇ ਕਿ ਹੋ ਸਕਦਾ ਹੈ ਕਿ ਜੀ ਇਹਨਾਂ ਦਾ ਹੱਥ ਹੋਏ, ਇਹਦੇ ਵਿੱਚ ਇਹਨਾਂ ਨੇ ਆਪਣੇ ਲੈਵਲ ਦੇ ਉੱਤੇ ਇਹ ਕਾਰਵਾਈ ਜਿਹੜੀ ਹੈ ਉਹ ਕੀਤੀ ਹੋਵੇ। ਹੁਣ ਕਿਹਾ ਇਹ ਸਹੀ ਹੈ ਕਿ ਇਹ ਹੁਣ ਰਿਪੋਰਟ ਜਿਹੜੀ ਹੁਣ ਅਦਾਲਤ 'ਚ ਵੀ ਜਾਏਗੀ, ਕੀ ਅੱਗੇ ਡਿਵੈਲਪਮੈਂਟਸ ਹੁੰਦੀਆਂ ਉਸੀ ਸਾਰੀਆਂ ਜਿਹੜੀਆਂ ਤੁਹਾਡੇ ਨਾਲ ਉਹ ਸਾਂਝੀਆਂ ਕਰਾਂਗੇ। ਯਾਦ ਰਹੇ ਕਿ ਜਦੋਂ ਇਹ ਖਬਰ ਬਾਹਰ ਆਈ ਸੀ ਇਸ ਤੋਂ ਪਹਿਲਾਂ ਹੀ ਇੰਡੀਆ ਨੇ ਕਹਿ ਦਿੱਤਾ ਸੀਗਾ ਕਿ ਜੀ ਅਸੀਂ ਇੰਡੀਆ ਨੇ ਆਪਣੀ ਜਿਹੜੀ ਇੱਕ ਇਨਕੁਆਇਰੀ ਜਿਹੜੀ ਹੈ ਉਹ ਜਾਰੀ ਕਰ ਲਈ ਹੈ। ਹੁਣ ਅਸੀਂ ਇੱਥੇ ਦੱਸ ਦਈਏ ਕਿ ਨਾ ਅਮਰੀਕਾ ਵੱਲੋਂ ਇਸ ਦੇ ਬਾਰੇ ਕੋਈ ਬਿਆਨ ਆਇਆ, ਔਰ ਕਿਤੇ ਨਾ ਕਿਤੇ ਜਿਹੜਾ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਦੀ ਜਿਹੜੀ ਖਬਰ ਹੈ ਉਹਦੇ ਤਾਰ ਹਰਦੀਪ ਸਿੰਘ ਨਿੱਜਰ ਦੇ ਨਾਲ ਵੀ, ਕਿਉਂਕਿ ਉਹ ਰਿਪੋਰਟ 'ਚੋਂ ਹੀ ਇਹ ਸਾਰੀ ਗੱਲ ਬਾਹਰ ਆਈ ਹੈ ਕਿ ਹਰਦੀਪ ਸਿੰਘ ਨਿੱਜਰ ਹੋਣਾਂ ਦੇ ਜਿਹੜੇ ਕਤਲ ਹੈ ਉਹਦੇ ਤਾਰ ਵੀ ਉਹਦੇ ਨਾਲ ਜੁੜੇ ਹੋਏ ਨੇ। ਇਸ ਮਾਮਲੇ ਦੇ ਵਿੱਚ ਅਸੀਂ ਦੱਸ ਦਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲਾਂ ਹੀ ਪਾਰਲੀਮੈਂਟ ਦੇ ਵਿੱਚ ਐਲੀਗੇਸ਼ਨ ਲਗਾ ਚੁੱਕੇ ਨੇ, ਦਾ ਗਵਰਨਮੈਂਟ ਹੈਜ਼ ਕ੍ਰੈਡੀਬਲ ਰੀਜ਼ਨਸ ਟੂ ਬਿਲੀਵ ਕਿ ਇੰਡੀਅਨ ਗਵਰਨਮੈਂਟ ਦੇ ਜਿਹੜੇ ਏਜੰਟ ਨੇ ਉਹ ਕਿਤੇ ਨਾ ਕਿਤੇ ਇਨਵੋਲਵ ਹਰਦੀਪ ਨਿੱਜਰ ਦੀ ਕਤਲ ਦੇ ਵਿੱਚ ਹੋ ਸਕਦੇ ਨੇ। ਹੁਣ ਕੈਨੇਡਾ ਦੇ ਜਿਹੜੇ ਵਿੱਚ ਸਾਡੇ ਇੰਡੀਅਨ ਅੰਬੈਸਡਰ ਨੇ ਸੰਜੇ ਕੁਮਾਰ ਵਰਮਾ, ਉਹ ਕਹਿ ਚੁੱਕੇ ਨੇ ਕਿ ਜੀ ਹਜੇ ਸਾਨੂੰ ਜਦੋਂ ਪੁਖਤਾ ਜਾਣਕਾਰੀ ਮਿਲੇਗੀ, ਪੂਰੇ ਡਿਟੇਲਸ ਮਿਲਣਗੀਆਂ, ਫਿਰ ਅਸੀਂ ਇਸ ਮਾਮਲੇ ਜਿਹੜੀ ਉਹ ਇਨਵੈਸਟੀਗੇਸ਼ਨ ਕਰਾਂਗੇ। ਸੋ ਇਹ ਜਿਹੜੀ ਜਾਣਕਾਰੀ ਹੁਣ ਬਾਹਰ ਆਈ ਹੈ ਕਿ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਦੇ ਵਿੱਚ ਸ਼ਾਇਦ ਕੋਈ ਬੰਦਾ ਇਨਵੋਲਵ ਹੋ ਸਕਦਾ ਹੈ, ਬਿਲਕੁਲ ਉਹਨੂੰ ਮੰਨ ਹੀ ਲਿਆ ਲਗਭਗ ਇਹ, ਕਿਉਂਕਿ ਮੀਡੀਆ 'ਚ ਆ ਗਈ ਖਬਰ, ਪਰ ਹਜੇ ਇੰਡੀਅਨ ਗਵਰਨਮੈਂਟ ਵੱਲੋਂ ਕੋਈ ਅਫੀਸ਼ੀਅਲ ਬਿਆਨ ਇਹਦੇ 'ਤੇ ਨਹੀਂ ਆਇਆ, ਇਸ ਲਈ ਅਸੀਂ ਥੋੜ੍ਹਾ ਇੰਤਜ਼ਾਰ ਕਰ ਰਹੇ ਹਾਂ। ਤੋ ਉਹ ਦੇਖਦੇ ਹਾਂ ਇਸ ਮਾਮਲੇ 'ਚ, ਅਸੀਂ ਇਹ ਵੀ ਦੱਸ ਦਈਏ ਕਿ ਜਿਹੜੀ ਇਹ ਜਾਣਕਾਰੀ ਹੈ ਇਹਦਾ ਹੁਣ ਕੀ ਅਸਰ ਪਏਗਾ ਗੁਰਪਤਵੰਤ ਸਿੰਘ ਪੰਨੂ ਕਤਲ ਕੇਸ ਦੇ ਮਾਮਲੇ 'ਚ ਔਰ ਇੰਡੀਆ ਔਰ ਅਮਰੀਕਾ ਦੇ ਰਿਲੇਸ਼ਨ ਦੇ ਵਿੱਚ, ਔਰ ਇਹ ਜਿਹੜਾ ਇੰਡੀਆ ਦਾ ਕਹਿਣਾ ਹੈ ਕਿ ਜੀ ਉਹ ਬੰਦਾ ਜਿਹੜਾ ਇਨਵੋਲਵ ਸੀ ਉਹਦਾ ਹੁਣ ਕੋਈ ਲੈਣਾ ਦੇਣਾ ਨਹੀਂ ਹੈ ਇੰਡੀਆ ਦੀ ਏਜੰਸੀ ਦੇ ਨਾਲ, ਕਿਆ ਪਹਿਲਾਂ ਸੀਗਾ, ਕਿਹਨੇ ਇਹਨੂੰ ਅਪਰੂਵ ਕੀਤਾ। ਸੋ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਬਰਕਰਾਰ ਨੇ। ਸੋ ਅਸੀਂ ਲਗਾਤਾਰ ਤੁਹਾਨੂੰ ਇਹਦੇ ਬਾਰੇ ਅਪਡੇਟ ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ ਸ਼ੇਅਰ ਕਰਦੇ ਰਵਾਂਗੇ। ਅਸੀਂ ਇੱਥੇ ਜ਼ਰੂਰ ਜ਼ਿਕਰ ਕਰ ਦਈਏ ਕਿ ਸੀਨੀਅਰ ਹਾਈ ਲੈਵਲ ਦੇ ਜਿਹੜੇ US ਐਡਮਿਨਿਸਟ੍ਰੇਸ਼ਨ ਦੇ ਅਫੀਸ਼ੀਅਲਸ ਨੇ ਉਹਨਾਂ ਨੇ ਇੰਡੀਅਨ ਇੰਟਰਲੋਕੇਟਰਸ ਉਹਨਾਂ ਦੇ ਨਾਲ ਇਹਦੇ ਬਾਰੇ ਗੱਲਬਾਤ ਕੀਤੀ ਸੀਗੀ ਔਰ ਕਿਹਾ ਸੀਗਾ ਕਿ ਇਹ ਇਨਵੈਸਟੀਗੇਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, Y Media।